ਅਸੀਂ ਹਾਲ ਵੀ ਯਾਰ ਪ੍ਰੋਟੈਸਟ ਕਰਨਾ ਸੀ ਪਰ ਇੱਥੇ ਕਿਉਂ ਪ੍ਰੋਟੈਸਟ ਕੀਤਾ ਜਾ ਰਿਹਾ? ਦੇਖੋ ਜੀ, ਅੱਜ ਅਸੀਂ ਜਿਹੜਾ ਪ੍ਰੋਟੈਸਟ ਕਰਨਾ ਸੀ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਤੋਂ, ਉਹ ਇਸ ਕਰਕੇ ਪ੍ਰੋਟੈਸਟ ਕਰਨਾ ਹੈ ਕਿ ਪਿਛਲੇ ਦਿਨੋਂ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਗਿਆ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਿੱਚ, ਔਰ ਉਹ ਸਾਡੇ ਕੈਬਨਿਟ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਜਿਹੜੇ ਉੱਥੇ ਪਾਕਿਸਤਾਨ ਜਾ ਕੇ ਉਹਨਾਂ ਨੇ ਆਤੰਕਵਾਦੀ ਗੋਪਾਲ ਚਾਵਲਾ ਨਾਲ ਫੋਟੋਆਂ ਖਿਚਾਈਆਂ ਅਤੇ ਮੁਲਾਕਾਤ ਕੀਤੀ, ਇੱਥੋਂ ਇੱਕ ਸੰਕੇਤ ਮਿਲਿਆ ਸਾਨੂੰ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਫਿਰ 1984 ਵਾਲਾ ਮਾਹੌਲ ਪੈਦਾ ਹੋਣ ਦੇ ਚਾਂਸਿਸ ਨੇ, ਅਤੇ ਸ਼ਿਵ ਸੈਨਾ ਜਿਹੜੀ ਹੈ ਉਸਦਾ ਕੜਾ ਸ਼ਬਦਾਂ 'ਚ ਵਿਰੋਧ ਕਰਦੀ ਹੈ ਕਿ ਸ਼ਿਵ ਸੈਨਾ ਇਹ ਕਦੀ ਵੀ ਮਾਹੌਲ ਦੁਬਾਰਾ ਨਹੀਂ ਪੈਦਾ ਹੁੰਦੇਗੀ, ਕਿਉਂਕਿ 1984 ਵਾਲਾ ਸੰਤਾਪ ਅਸੀਂ ਅੱਜ ਤੱਕ ਨਹੀਂ ਝੇਲ ਗਏ। ਅਸੀਂ ਚਾਹੁੰਦੇ ਸੀ ਕਿ ਅੱਜ ਉਸ ਚੀਜ਼ ਨੂੰ ਅਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਦੱਸ ਦਈਏ ਕਿ ਤੁਹਾਡੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਦੇ ਬਾਵਜੂਦ ਵੀ ਤੁਸੀਂ ਉੱਥੇ ਚਲੇ ਗਏ, ਕਿਉਂਕਿ ਉਹਨਾਂ ਨੇ ਮਨ੍ਹਾ ਕੀਤਾ ਸੀ, ਔਰ ਉਹਨਾਂ ਦੇ ਬਾਵਜੂਦ ਉੱਥੇ ਚਲੇ ਗਏ। ਉੱਥੇ ਜਾ ਕੇ ਜਿਹੜੇ ਆਤੰਕਵਾਦੀ ਆਪਣੇ ਗੋਪਾਲ ਚਾਵਲਾ ਨਾਲ ਮੁਲਾਕਾਤ ਕੀਤੀ ਹੈ, ਉਹ ਸੰਦੇਸ਼ ਦਿੱਤਾ ਵਾ ਕਿ ਪੰਜਾਬ ਦੇ ਵਿੱਚ ਜਿਹੜਾ ਕੋਰੀਡੋਰ ਖੋਲ੍ਹਿਆ ਉਹਦੇ ਸਿੱਧੂ ਸਾਹਿਬ ਦਾ ਕੋਈ ਜਾਤੀ ਫਾਇਦਾ ਕਿ ਜਾਂ